ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿ 27 ਤਰੀਕ ਦਾ ਭਾਰਤ ਬੰਦ ਹੈ ਉਹਦਾ ਮੈਸੇਜ ਦੇਣ ਜਾ ਰਹੇ ਹਾਂ। ਸਾਡਾ ਅੱਜ ਘੱਟੋ-ਘੱਟ 20 ਪਿੰਡਾਂ ਦਾ ਪ੍ਰੋਗਰਾਮ ਹੈ, 3 ਦਿਨਾਂ ਸਾਡਾ ਪ੍ਰੋਗਰਾਮ ਹੈ। ਇੱਥੋਂ ਹੁਣ ਅਸੀਂ ਚੱਲਾਂਗੇ ਬੇਨੜੇ ਤੋਂ ਲੱਡਾ, ਕਾਂਝਲਾ ਵਗੈਰਾ ਹੋ ਕੇ ਅਸੀਂ ਅੱਜ ਘੱਟੋ-ਘੱਟ 20 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਾਂਗੇ ਕਿ 27 ਤਰੀਕ ਨੂੰ ਬੰਦ ਕਰਨਾ, ਜਿੰਨੀ ਦੇਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਦਿੱਲੀ ਦੀਆਂ ਬਹਿਰੂਆਂ 'ਤੇ ਸਾਡੇ ਕਿਸਾਨ ਵਾਪਸ ਨਹੀਂ ਆਉਂਦੇ, ਜਾਂ ਅਸੀਂ ਮਰਾਂਗੇ ਜਾਂ ਕਾਲੇ ਕਾਨੂੰਨ ਵਾਪਸ ਲੈ ਕੇ ਆਵਾਂਗੇ। ਵੀ ਜਿਹੜੀ ਸਾਡੀ ਮੋਦੀ ਸਰਕਾਰ ਹੈ, ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉਹਨੂੰ ਜਿਹੜੀ ਕਿਸਾਨਾਂ ਦੀ, ਦੇਸ਼ ਵਾਸੀਆਂ ਦੀ ਇੱਕ ਮੰਗ ਹੈ ਵੀ ਜਿਹੜੇ 3 ਕਾਲੇ ਕਾਨੂੰਨ ਬਗੈਰ ਲੋਕਾਂ ਦੀ ਰਾਏ ਤੋਂ, ਬਗੈਰ ਕਿਸਾਨਾਂ ਦੀ ਰਾਏ ਤੋਂ ਗਲਤ ਤਰੀਕੇ ਨਾਲ ਬਣਾਏ ਨੇ ਉਹ ਵਾਪਸ ਲੈ ਲਵੇ। ਲੋਕਾਂ ਦੇ ਵਿੱਚ ਗੁੱਸਾ ਜਾਇਜ਼ ਹੈ। ਸਮੇਂ-ਸਮੇਂ ਸੰਯੁਕਤ ਮੋਰਚਾ ਕਾਲ ਦਿੰਦਾ, ਹੁਣ 27 ਤਰੀਕ ਦੀ ਮੂਹਰੇ ਜਿਹੜੀ ਆਉਣ ਵਾਲੀ 27 ਹੈ, ਇਹਨੂੰ ਭਾਰਤ ਬੰਦ ਦਾ ਇੱਕ ਕਾਲ ਦਿੱਤੀ ਵੀ ਹੈ। ਇਹ ਇਸ ਲੋੜ ਦੀ ਸਫਲ ਕਾਲ ਬਣਾਉਣ ਖਾਤਰ ਅਸੀਂ 60 ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਧੂਰੀ ਏਰੀਏ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਧੂਰੀ ਬਲਾਕ ਨਾਲ ਜੁੜੀਆਂ ਹੋਈਆਂ ਨੇ, 6-7 ਜਥੇਬੰਦੀਆਂ, ਇੱਕ ਇੱਕ ਆਗੂ ਸਾਰੀਆਂ ਜਥੇਬੰਦੀਆਂ ਦਾ ਆਗੂ ਹੈ। ਅਸੀਂ ਲੋਕਾਂ ਨੂੰ ਜਾ ਕੇ ਆਪਦੀ ਗੱਲ ਦੱਸਾਂਗੇ ਅਤੇ ਲੋਕਾਂ ਨੂੰ ਅਸੀਂ ਕਿੱਥੇ ਆਪਾਂ ਨੇ ਇਕੱਠੇ ਹੋਣਾ ਉਹ ਦੱਸਾਂਗੇ। ਜਿਹੜਾ ਸਾਡਾ ਦਿੱਲੀ ਦੇ ਵਿੱਚ ਅਣਮਿੱਥੇ ਦਾ ਮੋਰਚਾ ਚੱਲ ਰਿਹਾ ਹੈ, ਉਹਦੇ ਵਿੱਚ ਹੋਰ ਜੋਸ਼ ਭਰਨ ਖਾਤਰ, ਉਹਦੇ ਵਿੱਚ ਗਿਣਤੀ ਵਧਾਉਣ ਖਾਤਰ ਵੀ ਅਸੀਂ ਅੱਜ ਸੁਨੇਹੇ ਲਾਵਾਂਗੇ। ਲੋਕ ਸਾਰੇ ਕੰਮਾਂ ਤੋਂ ਇਹ ਕੰਮ ਨੂੰ ਜ਼ਰੂਰੀ ਸਮਝ ਰਹੇ ਨੇ ਵੀ ਅਸੀਂ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ, ਹੋਰ ਸਾਨੂੰ ਕੁਛ ਦਿਖ ਨਹੀਂ ਰਿਹਾ। ਸਾਨੂੰ ਦੀਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ, ਨਾ ਸਾਨੂੰ 22 ਦੀਆਂ ਚੋਣਾਂ ਦੀਨੀਆਂ ਨੇ, ਨਾ ਸਾਨੂੰ ਕੁਛ ਹੋਰ ਦੀਨਾ, ਨਾ ਸਾਨੂੰ ਵੱਡੀਆਂ ਰੈਲੀਆਂ ਦੀਨੀਆਂ ਨੇ ਸਿਆਸੀ, ਸਾਨੂੰ ਦੀਨੇ ਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ। ਅਸੀਂ ਲੋਕਾਂ ਦੇ ਵਿੱਚ ਹੋਰ ਇਹ ਗੱਲ ਰੱਖਣ ਖਾਤਰ, ਉਹਨਾਂ ਨੂੰ ਜਾਗਰੂਕ ਕਰਨ ਖਾਤਰ ਅੱਜ ਪਿੰਡਾਂ ਦੇ ਵਿੱਚ ਜਾ ਰਹੇ ਹਾਂ। ਧੂਰੀ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਕਿ 27 ਤਰੀਕ ਦਾ ਭਾਰਤ ਬੰਦ ਹੈ ਉਹਦਾ ਮੈਸੇਜ ਦੇਣ ਜਾ ਰਹੇ ਹਾਂ। ਸਾਡਾ ਅੱਜ ਘੱਟੋ-ਘੱਟ 20 ਪਿੰਡਾਂ ਦਾ ਪ੍ਰੋਗਰਾਮ ਹੈ, 3 ਦਿਨਾਂ ਸਾਡਾ ਪ੍ਰੋਗਰਾਮ ਹੈ। ਇੱਥੋਂ ਹੁਣ ਅਸੀਂ ਚੱਲਾਂਗੇ ਬੇਨੜੇ ਤੋਂ ਲੱਡਾ, ਕਾਂਝਲਾ ਵਗੈਰਾ ਹੋ ਕੇ ਅਸੀਂ ਅੱਜ ਘੱਟੋ-ਘੱਟ 20 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕਰਾਂਗੇ ਕਿ 27 ਤਰੀਕ ਨੂੰ ਬੰਦ ਕਰਨਾ, ਜਿੰਨੀ ਦੇਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਦਿੱਲੀ ਦੀਆਂ ਬਹਿਰੂਆਂ 'ਤੇ ਸਾਡੇ ਕਿਸਾਨ ਵਾਪਸ ਨਹੀਂ ਆਉਂਦੇ, ਜਾਂ ਅਸੀਂ ਮਰਾਂਗੇ ਜਾਂ ਕਾਲੇ ਕਾਨੂੰਨ ਵਾਪਸ ਲੈ ਕੇ ਆਵਾਂਗੇ। ਵੀ ਜਿਹੜੀ ਸਾਡੀ ਮੋਦੀ ਸਰਕਾਰ ਹੈ, ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਉਹਨੂੰ ਜਿਹੜੀ ਕਿਸਾਨਾਂ ਦੀ, ਦੇਸ਼ ਵਾਸੀਆਂ ਦੀ ਇੱਕ ਮੰਗ ਹੈ ਵੀ ਜਿਹੜੇ 3 ਕਾਲੇ ਕਾਨੂੰਨ ਬਗੈਰ ਲੋਕਾਂ ਦੀ ਰਾਏ ਤੋਂ, ਬਗੈਰ ਕਿਸਾਨਾਂ ਦੀ ਰਾਏ ਤੋਂ ਗਲਤ ਤਰੀਕੇ ਨਾਲ ਬਣਾਏ ਨੇ ਉਹ ਵਾਪਸ ਲੈ ਲਵੇ। ਲੋਕਾਂ ਦੇ ਵਿੱਚ ਗੁੱਸਾ ਜਾਇਜ਼ ਹੈ। ਸਮੇਂ-ਸਮੇਂ ਸੰਯੁਕਤ ਮੋਰਚਾ ਕਾਲ ਦਿੰਦਾ, ਹੁਣ 27 ਤਰੀਕ ਦੀ ਮੂਹਰੇ ਜਿਹੜੀ ਆਉਣ ਵਾਲੀ 27 ਹੈ, ਇਹਨੂੰ ਭਾਰਤ ਬੰਦ ਦਾ ਇੱਕ ਕਾਲ ਦਿੱਤੀ ਵੀ ਹੈ। ਇਹ ਇਸ ਲੋੜ ਦੀ ਸਫਲ ਕਾਲ ਬਣਾਉਣ ਖਾਤਰ ਅਸੀਂ 60 ਪਿੰਡਾਂ ਦਾ ਦੌਰਾ ਕਰ ਰਹੇ ਹਾਂ। ਧੂਰੀ ਏਰੀਏ ਦੇ ਵਿੱਚ ਸਾਰੀਆਂ ਜਥੇਬੰਦੀਆਂ ਜਿਹੜੀਆਂ ਧੂਰੀ ਬਲਾਕ ਨਾਲ ਜੁੜੀਆਂ ਹੋਈਆਂ ਨੇ, 6-7 ਜਥੇਬੰਦੀਆਂ, ਇੱਕ ਇੱਕ ਆਗੂ ਸਾਰੀਆਂ ਜਥੇਬੰਦੀਆਂ ਦਾ ਆਗੂ ਹੈ। ਅਸੀਂ ਲੋਕਾਂ ਨੂੰ ਜਾ ਕੇ ਆਪਦੀ ਗੱਲ ਦੱਸਾਂਗੇ ਅਤੇ ਲੋਕਾਂ ਨੂੰ ਅਸੀਂ ਕਿੱਥੇ ਆਪਾਂ ਨੇ ਇਕੱਠੇ ਹੋਣਾ ਉਹ ਦੱਸਾਂਗੇ। ਜਿਹੜਾ ਸਾਡਾ ਦਿੱਲੀ ਦੇ ਵਿੱਚ ਅਣਮਿੱਥੇ ਦਾ ਮੋਰਚਾ ਚੱਲ ਰਿਹਾ ਹੈ, ਉਹਦੇ ਵਿੱਚ ਹੋਰ ਜੋਸ਼ ਭਰਨ ਖਾਤਰ, ਉਹਦੇ ਵਿੱਚ ਗਿਣਤੀ ਵਧਾਉਣ ਖਾਤਰ ਵੀ ਅਸੀਂ ਅੱਜ ਸੁਨੇਹੇ ਲਾਵਾਂਗੇ। ਲੋਕ ਸਾਰੇ ਕੰਮਾਂ ਤੋਂ ਇਹ ਕੰਮ ਨੂੰ ਜ਼ਰੂਰੀ ਸਮਝ ਰਹੇ ਨੇ ਵੀ ਅਸੀਂ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ, ਹੋਰ ਸਾਨੂੰ ਕੁਛ ਦਿਖ ਨਹੀਂ ਰਿਹਾ। ਸਾਨੂੰ ਦੀਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ, ਨਾ ਸਾਨੂੰ 22 ਦੀਆਂ ਚੋਣਾਂ ਦੀਨੀਆਂ ਨੇ, ਨਾ ਸਾਨੂੰ ਕੁਛ ਹੋਰ ਦੀਨਾ, ਨਾ ਸਾਨੂੰ ਵੱਡੀਆਂ ਰੈਲੀਆਂ ਦੀਨੀਆਂ ਨੇ ਸਿਆਸੀ, ਸਾਨੂੰ ਦੀਨੇ ਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਨੇ। ਅਸੀਂ ਲੋਕਾਂ ਦੇ ਵਿੱਚ ਹੋਰ ਇਹ ਗੱਲ ਰੱਖਣ ਖਾਤਰ, ਉਹਨਾਂ ਨੂੰ ਜਾਗਰੂਕ ਕਰਨ ਖਾਤਰ ਅੱਜ ਪਿੰਡਾਂ ਦੇ ਵਿੱਚ ਜਾ ਰਹੇ ਹਾਂ।